ਖੰਡਰ ਬਣ ਚੁੱਕੀ ਪਾਣੀ ਦੀ ਇਸ ਟੈਂਕੀ ਨੂੰ ਦੇਖੋ ਜਿਸ ਨੂੰ ਬੇਲਾ ਨੇ ਘੇਰਾ ਪਾਇਆ ਹੋਇਆ। ਸਟੇਸ਼ਨ ਵੀ ਓਨਾ ਖਾਸ ਨਹੀਂ, ਕਾਫੀ ਉਲਟ ਮੰਡਲ ਹੈ। ਤੁਸੀਂ ਸਵਾਲ ਕਰੋਗੇ ਕਿ ਸਟੇਸ਼ਨ ਦੇ ਵਿੱਚ ਅਜਿਹਾ ਕੀ ਹੈ ਜੋ ਸ਼ਹਿਰ ਦੀ ਸ਼ਾਨ ਬਣਿਆ ਹੋਇਆ। ਇਸ ਦੀ ਸ਼ਾਨ ਦੇ ਵਿੱਚ ਉਹ ਤਰੀਕ ਲੁਕੀ ਹੋਈ ਹੈ ਜੋ ਇਸ ਨੂੰ ਖਾਸ ਬਣਾਉਂਦੀ ਹੈ। ਟੈਂਕੀ ਤੇ ਲਿਖੇ ਇਹਨਾਂ ਨੰਬਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਥੇ ਲਿਖਿਆ ਹੋਇਆ ਹੈ 1912, ਯਾਨੀ ਇਹ ਟੈਂਕੀ 112 ਸਾਲ ਪੁਰਾਣੀ ਹੈ ਅਤੇ ਇਹ ਸਟੇਸ਼ਨ 132 ਸਾਲ ਪੁਰਾਣਾ ਹੈ। ਇੱਥੇ ਤਿੰਨ ਚੀਜ਼ਾਂ ਅਜਿਹੀਆਂ ਨੇ ਜੋ 100 ਸਾਲ ਤੋਂ ਵੱਧ ਪੁਰਾਣੀਆਂ ਨੇ ਪਰ ਹਾਲੇ ਵੀ ਕੰਮ ਕਰ ਰਹੀਆਂ ਨੇ। 1912 ਦੇ ਵਿੱਚ ਸਥਾਪਿਤ ਇਸ ਟੈਂਕੀ ਦੀ ਸਮਰੱਥਾ 5000 ਲੀਟਰ ਦੀ ਹੈ। ਇਸ ਦੀ ਖਾਸੀਅਤ ਹੈ ਕਿ ਇਸ ਵਿੱਚ ਕਦੇ ਕੋਈ ਵੈਲਡਿੰਗ ਨਹੀਂ ਹੋਈ। ਇਸ ਟੈਂਕੀ ਦੇ ਨਾਲ ਨਾਲ ਹੀ ਬਣੇ ਰੇਲਵੇ ਕੁਆਟਰਾਂ ਦੇ ਵਿੱਚ ਪਾਣੀ ਦੀ ਸਪਲਾਈ ਹੁੰਦੀ ਹੈ। 112 ਸਾਲਾਂ ਵਿੱਚ ਨਾ ਤਾਂ ਕੋਈ ਲੀਕੇਜ ਹੋਈ ਤੇ ਨਾ ਹੀ ਕਿਤੇ ਕੋਈ ਜੰਗਾਲ ਲੱਗੀ। ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਇੱਕ ਟੈਂਕੀ ਆ ਪਾਣੀ ਵਾਲੀ ਜਿਹਦੀ ਕਪੈਸਿਟੀ ਤਕਰੀਬਨ 5000 ਲੀਟਰ ਦੀ ਹੈ। ਔਰ ਇਹ ਟੈਂਕੀ ਜਿਹੜੀ ਹੈ ਸਟੀਲ ਦੀ ਬਣੀ ਹੈ ਔਰ ਖਾਸ ਇਹਦੇ 'ਚ ਗੱਲ ਇਹ ਹੈ ਵੀ ਇਹਨੂੰ ਵੈਲਡਿੰਗ ਨਹੀਂ ਕੀਤਾ ਗਿਆ। ਇਹਨੂੰ ਜਿਸ ਤਰ੍ਹਾਂ ਪੁਰਾਣੇ ਜਿਹੜੇ ਕਾਰੀਗਰ ਸੀ ਉਹ ਰਿਵਟਾਂ ਦੇ ਨਾਲ ਉਹਨੂੰ ਆਪਣਾ ਝੰਡ ਕਰਕੇ ਜਿਸ ਤਰ੍ਹਾਂ ਬਣਾਉਂਦੇ ਨੇ ਉਸ ਤਰੀਕੇ ਨਾਲ ਇਹਨੂੰ ਬਿਨਾਂ ਵੈਲਡਿੰਗ ਤੋਂ ਇਹਨੂੰ ਤਿਆਰ ਕੀਤਾ ਔਰ ਇਹਦੀ ਬਿਲਕੁਲ ਅੱਜ ਤੱਕ ਨਾ ਲੀਕੇਜ ਹੋ ਰਹੀ ਹੈ ਔਰ ਨਾ ਹੀ ਇਹਨੂੰ ਕੋਈ ਜੰਗਾਲ ਲੱਗ ਰਿਹਾ। ਟੈਂਕੀ ਦੀ ਤਰ੍ਹਾਂ ਇਹ ਕੰਡਾ ਵੀ 100 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸਦਾ ਹੁਣ ਵੀ ਇਸਤੇਮਾਲ ਹੁੰਦਾ ਹੈ। ਦ ਇੰਡੀਆ ਮਸ਼ੀਨਰੀ ਕੰਪਨੀ ਦੇ ਵਿੱਚ ਬਣਿਆ ਇਹ ਕੰਡਾ ਉਸ ਜ਼ਮਾਨੇ ਨੂੰ ਯਾਦ ਕਰਵਾਉਂਦਾ ਹੈ। ਕੰਡੇ ਦੀ ਤਰ੍ਹਾਂ ਲੋਹੇ ਦੀ ਇਹ ਘੰਟੀ ਵੀ ਪੁਰਾਣੇ ਜ਼ਮਾਨੇ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਇਹ ਉਹ ਜ਼ਮਾਨਾ ਸੀ ਜਦੋਂ ਕੰਪਿਊਟਰ ਨਹੀਂ ਸਨ, ਉਦੋਂ ਘੰਟੀ ਵਜਾ ਕੇ ਯਾਤਰੀਆਂ ਨੂੰ ਟ੍ਰੇਨ ਆਉਣ ਦੀ ਸੂਚਨਾ ਦਿੱਤੀ ਜਾਂਦੀ ਸੀ। ਪੁਰਾਣੇ ਜ਼ਮਾਨੇ ਦੀਆਂ ਚੀਜ਼ਾਂ ਅੱਜ ਵੀ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਨੇ। ਨੋ ਡਾਊਟ ਇਹ ਸਾਡੀ ਜਿਹੜੀ ਨਾ ਇਹ ਆਰਕੋਲੋਜੀ ਪੁਰਾਤੱਤਵ ਵਿਭਾਗ ਦੇ ਅੰਡਰ ਇਹਨਾਂ ਨੂੰ ਪ੍ਰਿਜ਼ਰਵ ਵੀ ਕਰਨਾ ਚਾਹੀਦਾ ਅਤੇ ਦੂਸਰਾ ਇਹਨਾਂ ਦੇ ਨਾਲ ਨਾਲ ਦੇਖ ਰੇਖ ਕੀਤੀ ਜਾਏ। ਅਤੇ ਜਿਸ ਤਰ੍ਹਾਂ ਵਾਟਰ ਟੈਂਕ ਬਾਰੇ ਜਾਂ ਇਹ ਟੱਲ ਬਾਰੇ ਜਾਂ ਵੇਇੰਗ ਬ੍ਰਿਜ ਬਾਰੇ ਜਾਣਕਾਰੀ ਦਿੱਤੀ ਹੈ। ਇਹ ਸਭ ਚੀਜ਼ਾਂ ਇਸ ਸਟੇਸ਼ਨ ਨੂੰ ਖਾਸ ਬਣਾਉਂਦੀਆਂ ਨੇ। ਅੰਗਰੇਜ਼ਾਂ ਦੇ ਜ਼ਮਾਨੇ ਦਾ ਇਹ ਸਟੇਸ਼ਨ ਸ਼ਹਿਰ ਦੇ ਲਈ ਵਿਰਾਸਤ ਦੀ ਤਰ੍ਹਾਂ ਹੈ। ਲੋਕ ਚਾਹੁੰਦੇ ਨੇ ਕਿ ਸਟੇਸ਼ਨ ਨੂੰ ਸਾਫ਼ ਸੁਥਰਾ ਅਤੇ ਬਿਹਤਰ ਬਣਾਇਆ ਜਾਵੇ ਪਰ ਇਹਨਾਂ ਵਿਰਾਸਤਾਂ ਨੂੰ ਸੰਭਾਲ ਕੇ ਵੀ ਰੱਖਿਆ ਜਾਵੇ। ਬਟਾਲਾ ਤੋਂ ਨਿਥਿਨ ਲੂਥਰਾ, ਨਿਊਜ਼ 18।